ਸਾਬਕ ਵਜ਼ੀਰ ਆਜ਼ਮ ਨਵਾਜ਼ ਸ਼ਰੀਫ ਦੇ ਖਿਲਾਫ ਗਦਾਰੀ ਦਾ ਮੁਕਦਮਾ ਦਰਜ ਕਰਵਾਉਣ ਦਾ ਮਾਮਲਾ। ਲਾਹੌਰ ਹਾਈਕੋਰਟ ਦਰਖਾਸਤਾਂ ਨਾਕਾਬਲੇ ਸਮਾਤ ਕਰਾਰ ਦੇ ਤੇ ਖਾਰਜ ਕਰ ਦਿੱਤੀਆਂ। ਦਰਖਾਸਤ ਗੁਜ਼ਾਰ ਕੋ ਮੁਤਾਲਕਾ ਫੋਰਮ ਤੋਂ ਰਜੂ ਦੀ ਹਿਦਾਇਤ। ਅਮਨ ਦੁਸ਼ਮਣ ਅਤੇ ਕਾਰੀ ਜ਼ਰਬ ਬਲੋਚਿਸਤਾਨ ਦੇ ਇਲਾਕੇ ਕਲੇ ਅਲਮਾਸ ਵਿੱਚ ਆਪਰੇਸ਼ਨ ਦੇ ਦੌਰਾਨ ਲਸ਼ਕਰ ਏ ਜੰਗਵੀ ਬਲੋਚਿਸਤਾਨ ਦਾ ਸਰਬਰਾ ਸਲਮਾਨ ਬਾਦੀਨੀ ਮਾਰਿਆ ਗਿਆ। ਸਿਰ ਦੀ ਕੀਮਤ 20 ਲੱਖ ਰੁਪਏ ਮੁਕਰਰ ਰਹੀ। ਮੁਕਾਬਲੇ ਨੂੰ ਖੁਦਕੁਸ਼ ਬੰਬਾਰ ਵੀ ਹਲਾਕ। ਤਾਲੁਕ ਅਫਗਾਨਿਸਤਾਨ ਨਾਲ ਹਾ। ਕਬਜ਼ੇ ਤੋਂ ਭਾਰੀ ਤਾਦਾਦ ਵਿੱਚ ਅਸਲਿਹਾ ਬਰਾਮਦ। ਫਾਇਰਿੰਗ ਦੇ ਤਬਾਦਲੇ ਪਾਕ ਫੌਜ ਦੇ ਕਰਨਲ ਸੁਹੇਲ ਆਬਿਦ ਸ਼ਹੀਦ। 4 ਅਹਿਲਕਾਰ ਜ਼ਖਮੀ।